ਜਲਾਲਾਬਾਦ ਦੇ ਇੱਕ ਵਿਆਹ ਸਮਾਗਮ ਵਿੱਚ ਉਦੋਂ ਹਫੜਾ ਦਫੜੀ ਮੱਚ ਗਈ ਜਦੋਂ ਸਿਰਸਾ ਤੋਂ ਬਰਾਤ ਲੈ ਕੇ ਆਏ ਡੇਰਾ ਪ੍ਰੇਮੀਆਂ ਦੀ ਕੁੜੀ ਵਾਲਿਆਂ ਨੇ ਛਿੱਤਰ ਪਰੇਡ ਕਰ ਦਿੱਤੀ। ਇਸ ਦੌਰਾਨ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੇ ਇਹ ਇਲਜ਼ਾਮ ਲਗਾਏ ਕਿ ਕੁੜੀ ਵਾਲਿਆਂ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਨੇ ਸ਼ਰਾਬ ਪੀ ਕੇ ਗਾਲੀ ਗਲੋਚ ਕੀਤਾ ਤੇ ਬਰਾਤੀਆਂ ਦੀ ਕੁੱਟਮਾਰ ਕੀਤੀ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਵਿਜ਼ੂਅਲਸ। ਅੱਛਾ, ਇਹ ਸਾਡੇ ਬਰਾਤੀ ਨੱਚਣ ਲੱਗੇ ਸੀਗੇ, ਇਹਨਾਂ ਨੇ ਕੁੜੀਆਂ ਦੇ ਨਾਲ ਕੁਛ ਗੁੱਡੇ ਬੰਦੇ ਆ ਕੇ ਸਾਡੇ ਮੁੰਡਿਆਂ ਦੇ ਗਲ ਪੈ ਕੇ ਕੁਰਸੀਆਂ ਮਾਰੀਆਂ। ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਗੱਡੀ ਤੋੜਤੀ। ਉਸ ਤੋਂ ਬਾਅਦ ਮੈਂ ਵਾਲੇ ਜੀ ਨੂੰ ਫੋਨ ਕਰਕੇ ਪੁਲਿਸ ਨੂੰ ਬਾਈ ਆਪਣੀ ਸਖਸ਼ਤ ਵਾਸਤੇ, ਕਿਉਂਕਿ ਸਾਡੀ ਲੇਡੀ ਦੇ ਗਲ ਪੈਂਦੇ। ਕੀ ਗੱਲ, ਕਾਹਤੋਂ ਹੋਇਆ ਮਸਲਾ? ਉੱਥੇ ਕੁੜੀਆਂ ਨਾਲ ਅਸੀਂ ਪ੍ਰੇਮੀ ਪਰਿਵਾਰ ਆ ਸਾਰੇ, ਸਾਡਾ ਬੰਦਾ ਕੋਈ ਨਸ਼ਾ ਟੱਚ ਨਹੀਂ ਕਰਦਾ। ਇਹਨਾਂ ਨੂੰ ਰੋਕਣ ਦੀ ਬਜਾਏ ਕੁੜੀਆਂ ਨੂੰ ਪੰਗੇ ਲੈਂਦੇ ਸੀਗੇ, ਜਿੱਥੋਂ ਇਹ ਸਾਡੇ ਗਲ ਪੈ ਰਹੇ। ਗੱਡੀ ਸਾਰੀ ਪੰਜ ਇਹਨਾਂ ਨੇ। ਤੁਸੀਂ ਪ੍ਰੇਮੀ ਪਰਿਵਾਰ ਹੋ? ਪ੍ਰੇਮੀ ਪਰਿਵਾਰ ਦਾ ਸਰਪੰਚ ਸਾਡੇ ਬੰਦੇ ਬਿਲਕੁਲ ਵਿਸ਼ਨੂੰ ਨੇ। ਇਹਨਾਂ ਦਾ ਬੰਦਾ ਪੀ ਕੇ ਖਰਾਬ ਕਰਨ ਦੀ ਵਜ੍ਹਾ ਤੋਂ ਗਲ ਪਿਆ, ਉਹਨੇ ਸਿਰ ਵੀ ਪੜਿਆ ਸਾਡੇ ਬਰਾਤੀਆਂ ਦਾ ਮੁੰਡੇ ਦਾ, ਅਤੇ ਇਸ ਤੋਂ ਬਾਅਦ ਉਹਨੇ ਗੱਡੀ ਦੇ ਅੱਗੇ ਸ਼ੀਸ਼ੇ ਭੰਨਤੇ ਨੇ। ਠੀਕ ਹੈ, ਗੱਡੀ ਦਾ ਕੀ ਕਿਸੂਰ ਹੈ? ਜੇ ਕੁੜੀ ਦਾ ਭਰਾ ਘਟੀਚਾ ਤਾਂ ਕੁੜੀ ਦਾ ਭਰਾ ਗੱਡੀ ਦਾ ਸ਼ੀਸ਼ਾ ਤੋੜ ਸਕਦਾ? ਇਹ ਕਦੀ ਨਹੀਂ ਹੋ ਸਕਦਾ। ਬਲੇਮ ਲਾਈ ਜਾਂਦੇ ਨੇ ਵੀ ਕੁੜੀ ਦੇ ਭਰਾ ਨੇ ਚੁੰਡੇ ਪੜੀਚੇ ਨੇ, ਕੁੜੀ ਦੇ ਭਰਾ ਤਾਂ ਕੋਈ ਵੀ ਚੁੰਡੇ ਨਹੀਂ ਖੜੀਚੇ। ਠੀਕ ਹੈ, ਇਹ ਸ਼ਰਾ ਸਰ ਝੂਠ ਬੋਲੀ ਜਾਂਦੇ ਨੇ ਜੀ। ਤੁਸੀਂ ਕਿੱਥੋਂ ਆਏ ਸੀ? ਅਸੀਂ ਸਰ ਰਾਣੀਆਂ ਤੋਂ ਜੀ। ਰਾਣੀਆਂ ਤੋਂ? ਹਾਂਜੀ। ਅਤੇ ਇਹਨਾਂ ਦੇ ਸ਼ਰਾਬ ਪੀਤੀ ਸੀ ਕੁੜੀ ਵਾਲਿਆਂ ਦੇ? ਕੁੜੀ ਵਾਲਿਆਂ ਦੇ ਮੁੰਡਿਆਂ ਨੇ ਸ਼ਰਾਬ ਪੀਤੀ ਸੀ। ਸਾਡਾ ਬੰਦਾ ਸਾਰਾ ਵੈਸ਼ਨੂੰ, ਜਿਹਨੂੰ ਮਰਜ਼ੀ ਚੈੱਕ ਕਰਵਾ ਲਓ ਤੁਸੀਂ ਜੀ। ਪ੍ਰੇਮੀ ਹੋ ਤੁਸੀਂ? ਬਿਲਕੁਲ ਪ੍ਰੇਮੀ ਹੈ ਜੀ ਅਸੀਂ। ਪ੍ਰੇਮੀ ਹੋ ਤੁਸੀਂ? ਹਾਂਜੀ, 100% ਪ੍ਰੇਮੀ ਹੈ ਜੀ। ਅੱਛਾ, ਇਹਨਾਂ ਦੇ ਦਾਰੂ ਪੀਤੀ ਸੀ? ਬਿਲਕੁਲ ਜੀ। ਠੀਕ, ਉਹ ਜਿਹੜਾ ਬੰਦਾ ਫੜਿਆ ਉਹ ਬਿਲਕੁਲ ਬਚ ਲਿਆ ਸੀ। ਅਸੀਂ ਸਾਰੇ ਜਿਹੜੇ ਪੰਜ ਕੁ ਬੰਦੇ ਨੂੰ ਫੜਿਆ, ਰੇਡੀ ਕੋਲ ਖੜ ਗਿਆ ਲੁਕਣ ਦੀ ਬਜਾਏ, ਉਹ ਫੜ ਕੇ ਪੇਸ਼ ਕਰਦਾ। ਉਹ ਬੰਦਾ ਪੇਸ਼ ਕਰਦੇ ਗਾ ਚਿੱਟੀ ਟੀ ਸ਼ਰਟ ਦਾ ਮੁੰਡਾ, ਪਤਲਾ ਜਿਹਾ ਮੁੰਡਾ, ਜਿਹੜਾ ਜ਼ਿਆਦਾ ਚੌਚਕ ਬੰਦਾ ਸੀ, ਐਂਗਲ ਲੜੇ ਨੂੰ ਮਰ ਲੱਗਿਆ। ਅਸੀਂ ਤਾਂ ਪੋਜ ਬਾਹਰ ਬਣਵਾਈ ਜਾਂਦੇ ਸੀ। ਠੀਕ ਠੀਕ ਹੈ, ਕਿੱਥੋਂ ਆਏ ਤੁਸੀਂ? ਆ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਛਿੱਤਰ ਪਰੇਡ ਦੀ ਵੀਡੀਓ।